ਆਉਣ ਵਾਲੀ 1 ਅਗਸਤ ਤੋਂ 7 ਅਗਸਤ ਤੱਕ ਵਰਲਡ ਬ੍ਰੀਸਟ ਫੀਡਿੰਗ ਵੀਕ ਮਨਾਇਆ ਜਾ ਰਿਹਾ ਹੈ ਇਸ ਸਬੰਧ ਵਿੱਚ ਸਿਹਤ ਵਿਭਾਗ ਕੀ ਕੀ ਗਤੀਵਿਧੀਆਂ ਕਰੇਗਾ ਇਸ ਸਬੰਧ ਵਿੱਚ ਜਾਣਕਾਰੀ ਦੇ ਰਹੇ ਹਨ ਮੀਨਾ ਕੁਮਾਰੀ ਡਿਸਟ੍ਰਿਕਟ ਮਾਸ ਮੀਡੀਆ ਅਫੀਸਰ ਫਰੀਦਕੋਟ ਹਾਂਜੀ ਸਰ ਅਸਲ 'ਚ ਹੁਣ 1 ਅਗਸਤ ਤੋਂ ਲੈ ਕੇ 7 ਅਗਸਤ ਤੱਕ ਸਾਡਾ ਬ੍ਰੈਸਟ ਫੀਡਿੰਗ ਵੀਕ ਚੱਲ ਰਿਹਾ ਜਿਸ ਨੂੰ ਅਸੀਂ ਕਹਿੰਦੇ ਮਾਂ ਦੇ ਦੁੱਧ ਦੀ ਮਹੱਤਤਾ ਤਾਂ ਇਸ ਦੇ ਬਾਰੇ ਅਸੀਂ ਲੋਕਾਂ ਨੂੰ ਜਾਣਕਾਰੀ ਦੇਵਾਂਗੇ ਔਰ ਅਸੀਂ ਜਿਸ ਤਰ੍ਹਾਂ ਸਾਡਾ ਗਾਇਨੀ ਡਿਪਾਰਟਮੈਂਟ ਉੱਥੇ ਸਾਡੇ ਲੇਡੀਜ਼ ਆਉਂਦੀਆਂ ਬ੍ਰੈਸਟ ਫੀਡਿੰਗ ਲਈ ਛੋਟੇ ਬੱਚਿਆਂ ਵਾਲੀਆਂ ਮਾਵਾਂ ਵੀ ਆਉਂਦੀਆਂ ਔਰ ਪ੍ਰੈਗਨੈਂਟ ਲੇਡੀਜ਼ ਵੀ ਆਉਂਦੀਆਂ ਤਾਂ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਜਾ ਕੇ ਜਾਗਰੂਕ ਕਰਾਂਗੇ ਔਰ ਹਰ ਬੁੱਧਵਾਰ ਸਾਡੇ ਮਮਤਾ ਦਿਵਸ ਤੇ ਅਸੀਂ ਆਪਣੀ ਏਨਐਮਜ਼ ਨੂੰ ਵੀ ਸਾਰਿਆਂ ਨੂੰ ਇਸ ਲਈ ਮੋਟੀਵੇਟ ਕੀਤਾ ਹੋਇਆ ਹੈ ਤਾਂ ਕਿ ਉਹ ਜਦੋਂ ਵੀ ਬੱਚਿਆਂ ਦੇ ਟੀਕੇ ਲਗਾਉਂਦੀਆਂ ਤਾਂ ਮਾਵਾਂ ਨੂੰ ਉਸ ਟਾਈਮ ਬ੍ਰੈਸਟ ਫੀਡਿੰਗ ਦੀ ਮਹੱਤਤਾ ਜ਼ਰੂਰ ਦੱਸਣ ਕਿ ਮਾਂ ਦੇ ਦੁੱਧ ਦੀ ਕੀਮਤ ਤਾਂ ਹੈ ਤੇ ਉਸ ਲਈ ਮੈਂ ਵੀ ਥੋੜਾ ਜਿਹਾ ਤੁਹਾਨੂੰ ਜਾਣਕਾਰੀ ਦੇਵਾਂਗੀ ਕਿਉਂਕਿ ਮਾਂ ਦਾ ਜਿਹੜਾ ਪਹਿਲਾ ਬੋਲਾ ਦੁੱਧ ਹੁੰਦਾ ਪਹਿਲਾ ਗਾੜਾ ਦੁੱਧ ਪੀਲੇ ਰੰਗ ਦੇ ਚ ਜਿਹੜਾ ਆਂਦਾ ਉਹ ਬੱਚਿਆਂ ਨੂੰ ਜ਼ਰੂਰ ਪਿਲਾਉਣਾ ਚਾਹੀਦਾ ਹੈ ਉਸ ਨਾਲ ਬੱਚੇ ਦੇ ਜਿਹੜੇ ਬੱਚਿਆਂ ਨੂੰ ਅਸੀਂ 6-7 ਮਾਰੂ ਬਿਮਾਰੀਆਂ ਜਿਹੜੀਆਂ ਸਾਡੀਆਂ ਜਿਨ੍ਹਾਂ ਦੇ ਲਈ ਅਸੀਂ ਬੱਚਿਆਂ ਦੇ ਟੀਕੇ ਵੀ ਲਗਾਨੇ ਆ ਉਸ ਤੋਂ ਅਸੀਂ ਬੱਚੇ ਨੂੰ ਇਮਿਊਨਿਟੀ ਦਿੰਨੇ ਆ ਜੇ ਉਹ ਬੱਚੇ ਨੂੰ ਮਾਂ ਦੁੱਧ ਪਲਾਂਦੀ ਹੈ ਪਹਿਲਾ ਗਾੜਾ ਦੁੱਧ ਤਾਂ ਉਹਦੇ ਨਾਲ ਬੱਚੇ ਨੂੰ ਇਮਿਊਨਿਟੀ ਮਿਲਦੀ ਹੈ ਇਹਨਾਂ ਬਿਮਾਰੀਆਂ ਤੋਂ ਲੜਨ ਦੀ ਤਾਕਤ ਮਿਲਦੀ ਹੈ ਬੱਚੇ ਦਾ ਗਰੋਥ ਸੱਚੀ ਹੁੰਦੀ ਹੈ ਬੱਚੇ ਦਾ ਜਿਹੜਾ ਮਾਂ ਉਹ ਜਦੋਂ ਆਪਣੇ ਬੱਚੇ ਨੂੰ ਦੁੱਧ ਪਲਾਂਦੀ ਹੈ ਫ੍ਰੈਂਡਲੀ ਉਹ ਬੱਚੇ ਦੀ ਮਿੱਤਰ ਬਣਦੀ ਹੈ ਆਪਣੇ ਬੱਚੇ ਨੂੰ ਲਾੜ ਦੁਲਾਰ ਕਰਦੀ ਹੈ ਤਾਂ ਮਾਂ ਦਾ ਦੁੱਧ ਵੀ ਆਪਣੇ ਆਪ ਹੀ ਜਿਆਦਾ ਮਾਤਰਾ ਵੀ ਚੰਦਾ ਹੈ ਇਸ ਤਰੀਕੇ ਨਾਲ ਅਸੀਂ ਹਰ ਜਗ੍ਹਾ ਤੇ ਮਤਲਬ ਕਹਿੰਦਾ ਮੇਰਾ ਵੀ ਸਬ ਸੈਂਟਰਾਂ ਤੇ ਸੈਂਟਰਾਂ ਤੇ ਹਰ ਜਗ੍ਹਾ ਤੇ ਅਸੀਂ ਇਹੀ ਕੁਝ ਦੱਸਦੇ ਹਾਂ ਵੀ ਮਾਂ ਆਪਣੇ ਬੱਚੇ ਨੂੰ ਆਪਣਾ ਦੁੱਧ ਪਿਲਾਵੇ ਆਪਣੀ ਛਾਤੀ ਦੇ ਨਾਲ ਲਗਾ ਕੇ ਰੱਖੇ ਔਰ ਦੁੱਧ ਪਿਲਾਉਣ ਤੋਂ ਬਾਅਦ ਬੱਚੇ ਨੂੰ ਟਕਾਰ ਵਗੈਰਾ ਜ਼ਰੂਰ ਦਿਲਾਵੇ ਮੈਂ ਅਸੀਂ ਇਹ ਕਹਿੰਨੇ ਆ ਕਿ ਕੇਵਲ ਤਾਂ ਕੇਵਲ ਸਿਰਫ 6 ਮਹੀਨੇ ਤੱਕ ਮਾਂ ਆਪਣਾ ਹੀ ਦੁੱਧ ਪਿਲਾਵੇ ਔਰ ਉਸ ਤੋਂ ਬਾਅਦ ਹੀ ਉਹ ਆਪਣੇ ਬੱਚੇ ਨੂੰ ਜਿਹੜੀ ਸੰਤੁਲਿਤ ਖੁਰਾਕ ਬਾਰੇ ਅਸੀਂ ਦੱਸਦੇ ਹਾਂ ਕਿ ਉਪਰਾ ਜਿਸ ਤਰ੍ਹਾਂ ਕੀ ਦਲੀਆ ਖਿਚੜੀ ਵਗੈਰਾ ਉਸ ਦਾ ਗਾੜਾ ਪਾਣੀ ਵਗੈਰਾ ਦੇ ਸਕਦੀ ਹੈ ਮਾਂ ਜਾਂ ਫਿਰ ਬੱਚੇ ਨੂੰ ਖਿਚੜੀ ਦਾ ਪਾਣੀ ਦੇ ਸਕਦੀ ਹੈ ਇਸਦਾਂ ਦੀਆਂ ਗੱਲਾਂ ਅਸੀਂ ਹਰ ਇੱਕ ਬੁੱਧਵਾਰ ਮਾਵਾਂ ਨਾਲ ਅਕਸਰ ਕਰਦੇ ਹਾਂ ਔਰ ਇਹ ਅਸੀਂ ਹੁਣ ਵੀ ਇਹ ਪੂਰਾ ਵੀਕ ਜਿਹੜਾ ਹੈ ਮਨਾਰੇ ਇਹ ਪੂਰਾ ਵੀਕ ਦੀ ਬਜਾਏ ਅਸੀਂ ਤਾਂ ਸਾਰਾ ਸਾਲ ਹੀ ਲੋਕਾਂ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ ਤਰਸੇਮ ਚਾਮਨਾ ਪ੍ਰਸਾਰ ਭਾਰਤੀ ਫਰੀਦਕੋਟ